मगरमच्छ का जिक्र होते ही कईयों की हालत खराब हो जाती है, खास तौर पर जब मगरमच्छ खुले इलाके में देखने को मिले। मगरमच्छ छोटे बड़े जानवरों से लेकर इंसानों तक को अपना शिकार बनाते हैं। इंसानी इलाके में इनकी मौजूदगी कई तरह की अप्रिय घटनाओं का संकेत देती है। ऐसे इलाकों से इन्हें पकड़ने की जिम्मेदारी जहाँ वन विभाग की है, वहीं प्रसिद्ध गोताखोर प्रगट सिंह और टीम इस काम को पूरा करने में लगी हुई है। इसी कड़ी में आज गोताखोर प्रगट सिंह और टीम ने अपनी जान जोखिम में डालकर दांव दबखेड़ी के नज़दीक डेरा चुड़ सिंह स्थित सरस्वती नहर से दो जिंदा खूंखार मगरमच्छों को पकड़ लिया। स्थानीय लोगों का कहना है कि काफ़ी समय से नहर में मगरमच्छ देखे जा रहे थे, जो जानवरों, कुत्तों और बंदरों पर हमला कर रहे थे। वहीं आसपास रहने वाले छोटे बच्चों को भी डर सताने लगा था। आज सुबह नहर में जाल लगाकर इन दोनों खूंखार मगरमच्छों को प्रगट सिंह और टीम द्वारा जिंदा पकड़ लिया गया है, लेकिन अभी भी खतरा कम नहीं हुआ है। गांव के पंच ने बताया कि मगरमच्छ छोटे बड़े जानवरों पर हमला कर चुके हैं। लगभग 8 और 12 फीट लंबे मगरमच्छों के पकड़े जाने से कुछ राहत मिली है। ਅਤੇ ਇੱਥੇ ਛੋਟੇ ਛੋਟੇ ਬੱਚੇ ਸੀ ਅਤੇ ਜਾਨਵਰ ਵੀ ਸੀ, ਮੱਝਾਂ ਵੀ ਸੀ। ਮੰਨ ਲਓ ਵੀ 5-7 ਦਿਨ ਹੋ ਗਏ ਨੇ, ਇਹਨਾਂ ਨੇ ਛੱਡਣੇ ਵੀ ਬੰਦ ਕਰਤੇ ਨੇ ਮਾਲ ਡੰਗਰ, ਅਤੇ ਥੋੜ੍ਹਾ ਜਿਹਾ ਇਸ ਕਰਕੇ ਨੁਕਸਾਨ ਹੋਣ ਤੋਂ ਬਾਲ ਬਚੇ ਅਤੇ ਮਗਰਮੱਛ ਫਿਰ ਰਹੇ ਸੀ। 5-6 ਪੀਸ ਸੀ ਅਤੇ ਫਿਲਹਾਲ 2 ਕਾਬੂ ਆ ਗਏ ਨੇ ਕੱਲ੍ਹ ਦੇ, ਅਤੇ ਆਪਣਾ ਪ੍ਰਗਟ ਸਿੰਘ ਨੂੰ ਫਿਰ ਸੂਚਨਾ ਦਿੱਤੀ ਗਈ ਸੀ ਅਤੇ ਉਹਨਾਂ ਨੇ ਆਪਣੀ ਕਾਰਵਾਈ ਜਾਲ ਜੂਲ ਲਾਏ ਆ ਅਤੇ ਅੱਜ ਉਹਨਾਂ ਨੇ ਮਗਰਮੱਛ ਸਵੇਰ ਦੇ 5 ਵਜੇ ਦੇ 2 ਕਾਬੂ ਕਰ ਲਏ ਨੇ। ਰਹਿਤ ਕੁਛ ਫਰਕ ਪੈ ਜਾਏਗਾ, ਵੈਸੇ ਛੋਟੇ ਛੋਟੇ ਹਜੇ ਕੋਸ਼ਿਸ਼ ਹੈ ਕਿ ਹਜੇ ਕੱਟ ਨਹੀਂ ਹੋ ਸਕਦੇ ਇਕਦਮ, ਅਤੇ ਹੋਰ ਵੀ ਇੱਕ ਅੱਧਾ ਪੀਸ ਮਿਲ ਸਕਦਾ। ਬਾਕੀ 2 ਜਿਹੜੇ ਦੇਖੇ ਹੋਏ ਸੀ ਡੇਰੇ ਵਾਲਿਆਂ ਨੇ ਉਹ ਕਾਬੂ ਕਰਵਾ ਦਿੱਤੇ ਗਏ ਨੇ, 1-3-4 ਕੁਇੰਟਲ ਦਾ ਅਤੇ 1-2 ਕੁਇੰਟਲ ਦਾ। ਕੋਈ ਸ਼ਿਕਾਰ ਵੀ ਕੀਤਾ ਇਹਨਾਂ ਨੇ ਕਦੀ? ਸ਼ਿਕਾਰ ਬਸ ਇਹ ਕੁੱਤਿਆਂ ਕਾਤਿਆਂ ਨੂੰ ਪੈ ਜਾਂਦੇ ਨੇ। ਡੰਗਰ ਮੰਨ ਲਓ ਕਿ ਸਵੇਰੇ ਪਾਣੀ ਦੇ ਵਿੱਚ ਛੱਡੀ ਦੇ ਨੇ ਨਵਾਉਣ ਨੂੰ ਲਈ, ਅਤੇ ਉਹਨਾਂ ਨੂੰ ਵੀ ਪੈ ਜਾਂਦੇ ਕਈ ਵਾਰ, ਅਤੇ ਨੁਕਸਾਨ ਤੋਂ ਬਾਲ ਬਚੇ ਕਈ ਵਾਰ। ਇਸ ਕਰਕੇ ਫਿਰ ਇਹਨਾਂ ਨੂੰ ਸੂਚਨਾ ਦਿੱਤੀ ਹੈ, ਫਿਰ ਇਹਨਾਂ ਨੇ ਕੱਲ੍ਹ ਦੀ ਕਾਰਵਾਈ ਕਰਕੇ ਅਤੇ ਆਪਾਂ ਨੂੰ ਅੱਜ ਸੂਚਿਤ ਕਰਤਾ। ਇਹ ਸਰ ਇੱਕ ਡੇਰਾ ਹੈ ਸਰਦਾਰ ਚੂੜ ਸਿੰਘ ਕਾ, ਜਹਾਂ ਪਰ ਪਿਛਲੇ 3 ਦਿਨੋਂ ਸੇ ਲਗਾਤਾਰ ਦੋ ਮਗਰਮੱਛ ਦੇਖੇ ਗਏ ਥੇ, ਜੋ ਇੱਕ 3 ਕੁਇੰਟਲ ਕਾ, ਦੂਸਰਾ 1 ਕੁਇੰਟਲ ਕਾ ਹੈ। ਔਰ ਡੇਰੇ ਕੇ ਮਾਧਿਅਮ ਸੇ ਲਗਾਤਾਰ ਕੋਲੇ ਆ ਰਹੇ ਥੇ ਕਿ ਹਮਾਰੇ ਪਸ਼ੂ ਚੌਗਾਵੇ ਸੇ ਵੀ ਪਰੇਸ਼ਾਨ ਹੈ, ਬੱਚੋਂ ਕੋ ਵੀ ਪਰੇਸ਼ਾਨੀ ਹੈ। ਤੋ ਆਜ ਆਪਣੀ ਪੂਰੀ ਟੀਮ ਸਾਥੀ ਸਿੰਦਰ ਨਰਿੰਦਰ ਗੁਰਵਿੰਦਰ ਜੀ ਕੇ ਸਾਥ ਪਹੁੰਚੇ ਥੇ ਔਰ 1.5 ਘੰਟੇ ਕੇ ਸਰਚ ਓਪਰੇਸ਼ਨ ਦੌਰਾਨ ਆ ਦੋਨੋਂ ਖੂੰਖਾਰ ਮਗਰਮੱਛੋਂ ਕੋ ਕਾਬੂ ਕਰ ਲਿਆ। ਇਸਕੇ ਬਾਅਦ ਅਬ ਵਾਈਲਡ ਲਾਈਫ ਕੋ ਮੈਸੇਜ ਦੇਣੇ ਕੇ ਬਾਅਦ ਅਬ ਇਨਕੋ ਵਾਈਲਡ ਲਾਈਫ ਕੇ ਹਵਾਲੇ ਕਰ ਦਿਆ ਜਾਏਗਾ। ਇਹ ਕਾਫੀ ਬੜਾ ਹੱਦ ਤੱਕ ਖਤਰਾ ਥਾ, ਕਿਉਂਕਿ ਡੇਰਾ ਨਹਿਰ ਕੇ ਉੱਪਰ ਥਾ, ਇਨਕੇ ਪਸ਼ੂ ਵੀ ਚੁਗਤੇ ਥੇ, ਬੱਚੇ ਵੀ ਘੁੰਮਤੇ ਥੇ। ਤੋ ਜੀਆ ਜੰਜਾਲ ਸਭੀ ਕੇ ਲੀਏ ਇਹ ਬਹੁਤ ਬੜੀ ਪਰੇਸ਼ਾਨੀ ਥੀ, ਡਰ ਥੀ। ਔਰ ਫਿਲਹਾਲ 3 ਦਿਨ ਲਗਾਤਾਰ ਸਰਚ ਓਪਰੇਸ਼ਨ ਚਲਾਇਆ ਕਰ, ਲੇਕਿਨ ਅੱਜ ਆ ਸੁਬਹ 7 ਵਜੇ ਕੇ ਆਸ ਪਾਸ ਕਾਮਯਾਬੀ ਮਿਲੀ। 3-3 ਕੁਇੰਟਲ ਕੇ ਦੋਨੋਂ ਮਗਰਮੱਛੋਂ ਕੋ ਕਾਬੂ ਕਰ ਲਿਆ ਗਿਆ। ਇਹ ਇੱਕ ਕੀ ਲੰਬਾਈ ਮੈਕਸੀਮਮ 12 ਫੁੱਟ ਔਰ ਦੂਸਰੇ ਕੀ 8 ਫੁੱਟ ਕੇ ਆਸ ਪਾਸ।